ਮਨ ਮਿੱਟੀ ਦੀਆਂ ਥੇਹਾਂ ਚੋਂ ਰਾਹ ਰੇਤੇ ਦੀਆਂ ਰੇਹਾਂ ਚੋਂ ਐਵੇਂ ਹੀ ਤੁਰਦਿਆਂ ਗੁਜ਼ਰੇ ਹੋਏ ਚੋਂ ਗੁਜ਼ਰਦਿਆਂ ਚੇਤਿਆਂ ਦੇ ਗੁਬਾਰ ਸ਼ਾਂਤ ਹੁੰਦੇ ਨੇ ਜਦੋਂ ਤਾਂ ਅਤੀਤ ਦੀ ਢੇਰੀ ਚੋਂ ਰਵਾਇਤਾਂ ਦਾ ਦਰਿਆ ਡੁੱਲਦਾ ਹੈ, ਇਤਿਹਾਸ ਦਾ ਇੱਕ ਸਫ਼ਾ ਖੁੱਲਦਾ ਹੈ। ਵਿਰਸੇ ਦੀ ਖਿੜਕੀ ਚੋਂ ਝਾਕਦੇ ਹਾਂ ਜਦੋਂ ਤਾਂ ਰਸਮਾਂ ਦੇ ਸਤਰੰਗੀ ਗੁਲਾਬ ਨਜ਼ਰੀ ਪੈਂਦੇ ਨੇ, ਵਿਰਾਸਤ ਦੀ ਮਿੱਟੀ ਚੋਂ ਮਹਿਕ ਆਉਂਦੀ ਹੈ। ਮਿੱਟੀ ਦੀ ਮਹਿਕ ਲਈ ਅੱਜ ਅਸੀਂ ਚੁਣਿਆ ਹੈ ਪੰਜਾਬ ਦਾ ਅਤ ਪੁਰਾਣਾ ਤੇ ਇਤਿਹਾਸਕ ਪਿੰਡ ਉੱਚਾ ਪਿੰਡ ਸੰਘੋਲ। ਅਸੀਂ ਆ ਪੁੱਜੇ ਹਾਂ ਉੱਚਾ ਪਿੰਡ, ਉੱਚਾ ਪਿੰਡ ਸੰਘੋਲ। ਇਹ ਦੇਖਣ 'ਚ ਹੀ ਉੱਚਾ ਨਹੀਂ, ਇਤਿਹਾਸ ਦੇ ਵਿੱਚ, ਮਿਥਿਹਾਸ ਦੇ ਵਿੱਚ, ਵਿਰਸੇ ਅਤੇ ਵਿਰਾਸਤ ਦੇ ਵਿੱਚ ਵੀ ਬਹੁਤ ਉੱਚਾ। ਇਸ ਲਈ ਵੀ ਉੱਚਾ ਹੈ ਕਿਉਂਕਿ ਇੱਥੋਂ ਦੁਨੀਆ ਦੀ ਸਭ ਤੋਂ ਪੁਰਾਣੀ, ਸਭ ਤੋਂ ਪੁਰਾਤਨ ਸੱਭਿਅਤਾ ਦੇ ਅਵਸ਼ੇਸ਼ ਮਿਲੇ ਨੇ, ਸਿੰਧ ਘਾਟੀ ਦੀ ਸੱਭਿਅਤਾ ਦੇ ਅਵਸ਼ੇਸ਼। ਆਖਿਆ ਜਾਂਦਾ ਹੈ ਕਿ ਇਹ ਪਿੰਡ ਸੰਘੋਲ, ਪਿੰਡ ਉੱਚਾ ਪਿੰਡ ਸੰਘੋਲ, ਕਈ ਕਈ ਵਾਰੀ ਉੱਜੜਿਆ ਅਤੇ ਕਈ ਕਈ ਵਾਰੀ ਵਸਿਆ। ਅੱਜ ਵੀ ਹੱਸਦਾ ਵਸਦਾ, ਵਸਨੀਕ ਨੇ, ਲੋਕ ਆਉਂਦੇ ਨੇ, ਜਾਂਦੇ ਨੇ, ਰਹਿੰਦੇ ਨੇ। ਲੇਕਿਨ ਇਸ ਪਿੰਡ ਬਾਰੇ ਇੱਕ ਵਿਸ਼ੇਸ਼ਤਾ ਇਹ ਹੈ ਕਿ ਜਿੰਨੀਆਂ ਲੋਕੇਸ਼ਨਾਂ ਇੱਥੋਂ ਲੱਭੀਆਂ ਗਈਆਂ, ਜਿੰਨੀਆਂ ਸਾਈਟਸ ਲੱਭੀਆਂ ਗਈਆਂ ਪੁਰਾਤਨਤਾ ਦੇ ਬਾਰੇ, ਉਹ ਬਹੁਤ ਥੋੜ੍ਹੀਆਂ ਨੇ। ਔਰ ਖਾਸ ਤੌਰ 'ਤੇ ਜਿੰਨੀਆਂ ਹਜੇ ਹੋਰ ਲੱਭੀਆਂ ਜਾਣੀਆਂ ਨੇ, ਜਿੰਨੀ ਖੁਦਾਈ ਹਜੇ ਹੋਰ ਹੋਣੀ ਬਣਦੀ ਹੈ, ਉਹ ਹਜੇ ਬਾਕੀ ਹੈ, ਪੈਂਡਿੰਗ ਪਈ ਹੈ। ਇੰਨਾ ਕੁ ਉੱਚਾ ਪਿੰਡ ਹੈ ਕਿ ਆਉਂਦੇ ਆਉਂਦੇ ਸਾਹ ਚੜ ਗਿਆ। ਲੇਕਿਨ ਮੈਂ ਉੱਚੇ ਪਿੰਡ ਬਾਰੇ ਤੁਹਾਨੂੰ ਗੱਲਾਂ ਹੀ ਨਹੀਂ ਕਰੂੰਗਾ, ਤੁਹਾਡੇ ਨਾਲ ਇੱਕ ਪੂਰਾ ਰਾਬਤਾ, ਇੱਕ ਪੂਰੀ ਸਾਂਝ ਪਾਊਂਗਾ ਉਹਨਾਂ ਲੋਕੇਸ਼ਨ 'ਤੇ ਜਾ ਕੇ ਜਿੱਥੋਂ ਇਹ ਅਵਸ਼ੇਸ਼ ਮਿਲੇ ਨੇ, ਮੁਦਰਾਵਾਂ ਮਿਲੀਆਂ ਨੇ, ਮੂਰਤੀਆਂ ਮਿਲੀਆਂ ਨੇ, ਔਰ ਦੁਨੀਆ ਦੇ ਖੂਬਸੂਰਤ, ਬਹੁਤ ਅੱਛੇ ਧਰਮ, ਬੁੱਧ ਧਰਮ ਦੇ ਸਤੂਪ ਮਿਲੇ ਨੇ, ਅਤੇ ਲੋਕਾਂ ਦੇ ਮੂੰਹਾਂ ਦੇ ਵਿੱਚ ਇਸ ਉੱਚਾ ਪਿੰਡ ਦੇ ਬਾਰੇ, ਸੰਘੋਲ ਦੇ ਬਾਰੇ ਕਿੰਨੀਆਂ ਕਹਾਣੀਆਂ ਨੇ, ਕਿੰਨੇ ਖਾਸ ਤੌਰ 'ਤੇ ਕਿਹੜੀਆਂ ਕਿਹੜੀਆਂ ਕਹਾਣੀਆਂ ਨਾਲ ਜੁੜੇ ਹੋਏ, ਕਿਹੜੇ ਕਿਹੜੇ ਕਿਰਦਾਰ ਇੱਥੋਂ ਦੇ ਨੇ, ਔਰ ਬਹੁਤ ਸਾਰੀ ਪੁਰਾਤਨਤਾ ਦੇ ਵਿੱਚ ਇਹ ਪਿੰਡ ਕਿਵੇਂ ਨਜ਼ਰੀ ਆਉਂਦਾ, ਇਹ ਮੈਂ ਤੁਹਾਨੂੰ ਲੋਕੇਸ਼ਨ 'ਤੇ ਜਾ ਕੇ ਤੁਰ ਫਿਰ ਕੇ ਆਪਾਂ ਝਾਤ ਪਾਵਾਂਗੇ ਪ੍ਰੋਗਰਾਮ ਮਿੱਟੀ ਦੀ ਮਹਿਕ ਵਿੱਚ। ਉੱਚਾ ਪਿੰਡ ਸੰਘੋਲ 'ਚ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਨਜ਼ਰੀ ਪੈਂਦਾ ਹੈ ਪੁਰਾਤਨ ਚੀਜ਼ਾਂ ਦਾ ਅਜਾਇਬ ਘਰ, ਯਾਨੀ ਕਿ ਆਰਕਿਓਲੋਜੀਕਲ ਮਿਊਜ਼ੀਅਮ। ਇੱਥੇ ਸਾਂਭੀਆਂ ਨੇ ਸਿੰਧ ਘਾਟੀ ਦੀ ਸੱਭਿਅਤਾ ਦੀਆਂ ਬਹੁਤ ਪੁਰਾਣੀਆਂ ਚੀਜ਼ਾਂ ਜਿਹੜੀਆਂ ਖੁਦਾਈ ਵਿੱਚੋਂ ਮਿਲੀਆਂ। ਖੁਦਾਈ ਦੌਰਾਨ ਮਿਲੀਆਂ ਨਿੱਕੀਆਂ ਵੱਡੀਆਂ ਕਿੰਨੀਆਂ ਹੀ ਚੀਜ਼ਾਂ, ਜਿਨ੍ਹਾਂ ਦੀ ਗਿਣਤੀ ਦੱਸਦੇ ਨੇ ਕਿ 17,000 ਦੇ ਕਰੀਬ ਹੈ, ਜਿਸ ਵਿੱਚ ਸਿੰਧ ਘਾਟੀ ਵੇਲੇ ਦੇ ਸਿੱਕੇ, ਮੋਹਰਾਂ, ਮਣਕੇ, ਮਿੱਟੀ ਦੇ ਭਾਂਡੇ, ਚੂੜੀਆਂ ਅਤੇ ਮੂਰਤੀਆਂ ਮਿਲੀਆਂ।